ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਾਉ ਮੂਰਾ ਡੇਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲੱਡਾ ਜ਼ਿਲ੍ਹਾ ਮਾਨਸਾ ਅੱਜ ਆਪਾਂ ਤੁਹਾਨੂੰ ਇੱਕ ਮੱਝ ਦੀ ਚਵਾਈ ਦਿਖਾਵਾਂਗੇ ਮੱਝ ਸੇਲ ਵਾਸਤੇ ਆਏ ਬਿਲਕੁਲ ਸਸਤੇ ਰੇਟ 'ਚ ਮੱਝ ਆ ਗਈ ਐ ਤੁਹਾਨੂੰ 15 ਕਿਲੋ ਦੁੱਧ ਇਸ ਲਈ ਮੱਝ ਥੱਲੇ ਤਿਆਰ ਹੈਗਾ ਤੇ ਦੋ ਕੱਟੀਆਂ ਵਿਕਿਆਉਣੇ ਬਿਲਕੁਲ ਜੈਡ ਬਲੈਕ ਇੱਕ ਕੱਟੀ ਦੀ ਤੁਹਾਨੂੰ ماں ਦੀ ਪੂਰੀ ਡਿਟੇਲ ਸਾਰਾ ਕੁਝ ਦਿਖਾਵਾਂਗੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਅੱਜ 15 9 2021 ਨੂੰ ਇੱਕ ਮੱਝ ਦੋ ਕੱਟੀਆਂ ਆਪਣੇ ਕੋਲ ਐਂਟਰ ਹੋਈਆਂ ਨੇ ਤੇ ਇੱਕ ਇੱਕ ਮੱਝਾ ਕੀ ਬਿਲਕੁਲ ਹੈ ਤਾਂ ਥੋੜੀ ਜਿਹੀ ਲਿੱਸੀ ਜੀ ਤੇ ਆਪਾਂ ਤੁਹਾਨੂੰ ਦੀ ਪੂਰੀ ਚਵਾਈ ਦਿਖਾਵਾਂਗੇ ਤੁਹਾਨੂੰ ਕੰਡਾ ਵੀ ਚੈੱਕ ਕਰਾਉਣਿਆ ਇਹ ਬੱਟਾ ਰੱਖਤਾ ਆਪਾਂ ਉੱਤੇ ਦੋ ਗਿੱਲੋ ਦਾ ਇਹ ਇਹਨੂੰ ਬਾਲਟੀ ਰੱਖ ਕੇ ਆਪਾਂ ਜ਼ੀਰੋ ਕਰਤਾ ਉਹਨੇ ਜੋ ਦੁੱਧ ਪਾਵਾਂਗੇ ਮੱਝ ਲੱਸੀ ਜਰੂਰ ਆ ਪਰ ਦੁੱਧ ਵਧੀਆ ਖੁੱਲਾ ਦੁੱਧਾ ਮੱਝ ਥੱਲੇ ਬਾਡੀ ਕੱਦ ਕੁਦੋ ਵੀ ਵਧੀਆ ਛੋਟੀ ਦਾ ਖਰ ਦੂਜੇ ਸੂਏ ਮਾਲਕ ਕਹਿੰਦੇ ਚਲੋ ਤੀਜੇ ਸੂਏ ਵੀ ਹੋ ਸਕਦੀ ਆ ਬਾਡੀ ਛੋਟੀ ਮੱਝ ਦੀ ਪਰ ਦੁੱਧ ਬਹੁਤ ਸੋਹਣਾ ਕੱਢ ਰਹੀ ਆ ਮੱਝ ਤੇ ਰੇਟ ਵੀ ਇਹਦਾ ਸਿਰਫ 1 ਲੱਖ ਰੁਪਈਆ ਰੇਟ ਆ ਕਾ ਮੱਝ ਦਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਆਪਣਾ ਕੰਟੈਕਟ ਕਰ ਦੋ ਖੈਰ ਆਪਾਂ ਐ ਵੀ ਥੋੜੀ ਜੀ ਬਾਡੀ ਦੀ ਚੰਗੀ ਮੱਝ ਲੈਉਣੇ ਦੁੱਧ ਜੇ 15 ਕਿਲੋ ਹੋਵੇ 15 ਕਿਲੋ ਤੋਂ ਬਾਹਰ ਬਾਹਰ ਹੀ ਮੱਝਾਂ ਹੁੰਦੀਆਂ ਆਪਣੇ ਕੋਲ ਇਹ ਵੀ ਆਪਾਂ ਦੋ ਟਾਈਮ ਚਬਾਈ ਕਰਕੇ ਦੇਖੀ ਸੀਗੀ ਤੇ ਥਾਣ ਲੈ ਬਾ ਚਬਾਈ ਬਹੁਤ ਸਾਫ ਆ ਮੱਝ ਦਾ ਥਾਣ ਤੁਹਾਨੂੰ ਵੀ ਬਹੁਤ ਸੋਹਣਾ ਕੱਟਦੇ ਤੁਹਾਨੂੰ ਦਿਖਾਵਾਂਗੇ ਸਾਰਾ ਵੀਡੀਓ ਚ ਐਂਡ ਤੱਕ ਜਰੂਰ ਦੇਖਿਓ ਇੱਕ ਇੱਕ ਮੱਝ ਸੇਲ ਵਾਸਤੇ ਆ ਦੋ ਕਟੀਆਂ ਨੇ ਵਿਕਿਆਉ ਬਿਲਕੁਲ ਜੈਡ ਬਲੈਕ ਆ ਦੁੱਧ ਹੋਣ ਦੇ ਲਗਭਗ 2 1 2 2-2 ਮਹੀਨਿਆਂ ਤੱਕ ਦੁੱਧ ਦੋ ਰਾਲਣ ਦੇ ਤਿਆਰ ਹੋਣ ਦੇ ਲਗਭਗ ਨੇ ਕਟੀਆਂ ਇਹ 15 ਕਿ ਦਿਨ ਨੂੰ ਮੱਝ ਨੂੰ ਸੂਈ ਨੂੰ ਹੋ ਗਏ ਹੋਣਗੇ ਲਗਭਗ ਮਾਲਕ ਤਾਂ ਇਹ ਕਹਿ ਰਿਹਾ ਦੀ ਵੀ 10 11 ਕਿ ਦਿਨ ਹੀ ਹੋਏ ਨੇ ਕਿ ਜਮਲੇ ਤੇ ਚੱਲੀ ਨਹੀਂ ਪਰ ਫਿਰ ਵੀ 15 ਕਿ ਦਿਨ ਸੂਈ ਨੇ ਨੂੰ ਮੱਝ ਨੂੰ ਹੋ ਗਏ ਬਰੀਕੀ ਬਹੁਤ ਜਿਆਦਾ ਮੱਝ ਚ ਬਸ ਕੱਲੀ ਲਿੱਸੀ ਲਿੱਸੀ ਆ ਥੋੜੀ ਚਲੋ ਵਿੱਚ ਦਾ ਵੀਰ ਹਜੇ ਵੀ ਕਹਿੰਦੇ ਹੋਣਗੇ ਵੀ ਪਤਾ ਨਹੀਂ ਮੱਝ 60 65 ਹਜ਼ਾਰ ਵਾਲੀ ਆ ਪਰ ਮੱਝ ਦੇਖਣ ਨੂੰ 60 65 ਹਜ਼ਾਰ ਵਾਲੀ ਲੱਗਦੀ ਆ ਪਰ ਜਦੋਂ ਦੁੱਧ ਘੜੇ ਦੁੱਧ 1.5 ਲੱਖ ਵਾਲੀ ਮੱਝ ਦੇ ਬਰਾਬਰ ਦੁੱਧ ਘੜ ਰਹੀ ਆ ਮੱਝ ਇਹ ਬਿਲਕੁਲ ਕੰਡਿਆਂ ਦਾ ਦੋ ਟਾਈਮ ਤੋਲ ਕੇ ਦੇਖੋ ਚਾਹੇ ਤਿੰਨ ਟਾਈਮ ਤੋਲ ਕੇ ਦੇਖੋ 15 ਕਿਲੋ ਦੁੱਧ ਤਿਆਰ ਆ ਮੱਝ ਦਾ ਤੇ ਅੱਜ ਮੱਝ ਸਫਰ 'ਚ ਵੀ ਆਈ ਇਹ ਅੱਜ ਹੀ ਆਈ ਸੀ ਆਪਾਂ 15 ਤਰੀਕ ਨੂੰ ਇਹ 15 ਨੂੰ ਇਹਦੀ ਆਪਾਂ ਚਵਾਈ ਕਰਾ ਰਹੇ ਹਾਂ ਤੇ ਸਵੇਰੇ ਜ਼ਰੂਰ ਇਹਦੀ ਮੱਝ ਦੀ 4:30 5:00 ਵਜੇ ਚਵਾਈ ਹੋਈ ਸੀ ਸ਼ਾਮ ਨੂੰ ਆਪਾਂ ਕਰ ਰਹੇ ਹਾਂ ਇਹਦੀ 5:30 6:00 ਵਜੇ ਘੰਟਾ ਤੱਕ ਚਵਾਈ ਲੇਟ ਜ਼ਰੂਰ ਆ ਪਰ ਮੱਝ 4:30 5 ਘੰਟੇ ਗੱਡੀ 'ਚ ਖੜ ਕੇ ਵੀ ਆਈ ਆ ਸਫਰ ਵੀ ਮੰਨਿਆ ਮੱਝ ਨੇ ਆਪਣੇ ਕੋਲ 11:00 ਵਜੇ ਤੜਕੇ ਆਈ ਸੀਗੀ ਇਹ ਤੇ ਵਧੀਆ ਸੀਲ ਆ ਘਰ ਮੱਝ ਚਵਾਈ ਚੁਈ ਦੀ ਵੀ ਬਿਲਕੁਲ ਓਕੇ ਆ ਕਿ ਸਾਰੇ ਪਾਸੇ ਕੋਈ ਥਣ ਘੱਟ ਵੱਧ ਨਹੀਂ ਹੈਗਾ। ਇਹ ਬੱਚੇ ਨੂੰ ਵੀ ਆਪਾਂ ਜ਼ਰੂਰ ਚੰਗਾਵਾਗੇ ਪਹਿਲਾਂ। ਠੀਕ ਆਉਂ ਬਾਈ ਹੋਰ ਲੰਬੇ ਸਬਰ ਚਾਹੀਏ ਬੱਚਾ ਵੀ ਭੁੱਖਾ ਲਾ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਆਪਾਂ ਨੂੰ ਇਹ ਸੀਗਾ ਵੀ ਜੇ ਤਾਂ ਵਧੀਆ ਦੁੱਧ ਗੱਡਿਆ ਫਿਰ ਤਾਂ ਆਪਾਂ ਵੀਡੀਓ ਚਲ ਅਪਲੋਡ ਕਰਾਂਗੇ। ਨਹੀਂ ਇੱਕ ਦੋ ਦਿਨ ਠਹਿਰ ਕੇ ਅਪਲੋਡ ਕਰ ਦਾਂਗੇ। ਪਰ ਮੱਝ ਨੇ ਫਿਰ ਵੀ ਵਧੀਆ ਦੁੱਧ ਗੱਡਿਆ ਪੱਕੇ ਲੋੜੇੜ ਕਿਲੋ ਦੁੱਧ ਬੱਚੇ ਨੂੰ ਵੀ ਜ਼ਰੂਰੀ ਛੱਡਿਆਗਾ। ਸਫਰ ਚ ਵੀ ਆਈ ਐ ਮੱਜ ਦੋ ਤਿੰਨ ਦਿਨਾਂ ਤੱਕ ਦੁੱਧ ਹੋ ਸਕਦਾ ਉਮੀਦ ਐ ਮੱਜ ਕਹਿਤਾ ਚਲੋ ਆਪਾਂ ਨਹੀਂ ਜਾਗਦੇ ਹੋ ਸਕਦਾ 17 ਕਿਲੋ ਵੀ ਕੱਢ ਜੇ ਮੱਜ ਇਹ ਦੁੱਧ ਉਹਨੂੰ ਲਾ ਰੱਖ ਐ ਮੱਜ ਨੇ ਆਪਾਂ ਬੱਚੇ ਨੂੰ ਚੰਗਾਈ ਜਾਂਦੇ ਸੀਗੇ ਆਪਾਂ ਆਪਦੇ ਅੰਦਾਜ਼ੇ ਦੇ ਸਾਬ ਨਾਲ ਚਲੋ ਵਿੱਚ ਮੰਨ ਕੇ ਚਲੋ ਵੀ ਬੱਚੇ ਨੂੰ ਆਪਾਂ ਨਹੀਂ ਛੱਡਿਆ ਜਿਹੜਾ ਮਾੜੀ ਮੁੱਟੀ ਲੇਟ ਹੋਈ ਆ ਉਹ ਜੇ ਆਪਾਂ ਬੱਚੇ ਨੂੰ ਛੱਡਤਾ ਪਰ ਮੱਜ ਨੇ ਫਿਰ ਵੀ ਸੋਹਣਾ ਦੁੱਧ ਕੱਢਿਆ ਆਪਾਂ ਕੰਡੇ ਤੋਂ ਟਾਈਮ ਤੋਂ ਟਾਈਮ ਵਿੱਚ ਉਹਨੂੰ ਵੀਰ ਕਹੇ ਨੇ ਵੀ ਦੋ ਟਾਈਮ ਚੋ ਆ ਕੇ ਦਿਖਾਓ ਤੁਸੀਂ ਤਿੰਨ ਟਾਈਮ ਚੋ ਆ ਕੇ ਦਿਖਾਓ ਦੇਖੋ ਜਿਹੜਾ ਵੀ ਵੀਰ ਮਹਸ ਲੈਂਦਾ ਉਹ ਕੋਈ ਐਂਦਾ ਹੋ ਕੇ ਤਾਂ ਪੈਸੇ ਦੇ ਕੇ ਨਹੀਂ ਜਾਂਦਾ ਅਗਲਾ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰਕੇ ਫੇਰ ਮੱਝ ਲੈ ਕੇ ਆਉਂਦੇ ਜਿਹੜੀ ਨਾਲ ਖੜੀ ਆ ਮੱਝ ਇਹਨੂੰ ਐ ਮੰਨ ਕੇ ਚੱਲੋ ਜਿਹੜੇ ਦਿਨ ਆਈ ਸੀ ਬੇਕੋਸੇ ਤੇ ਨਹੀਂ ਗਈ ਸੀਗੀ ਉਹਦਾ ਬਿਆਨਨਾ ਹੋ ਗਿਆ ਸੀ ਆਪਾਂ ਦੁੱਧ ਤੋਲ ਕੇ ਦੇਣਾ ਸੀਗਾ ਤੇ ਅੱਜ ਨੂੰ 15-16 ਦਿਨ ਹੋ ਗਏ ਸੂਈ ਨੇ ਆਪਾਂ 16.5 ਕਿਲੋ ਮੂਹ ਦੁੱਧ ਦਾ ਤਲਾਤਾ 16.5-17 ਕਿਲੋ ਮੂਹ ਦੁੱਧ ਕੰਡੇ ਦਾ ਇਹ ਮੱਝ ਵੀ ਕੱਲ ਨੂੰ ਚੜੂਗੀ ਇਹ ਦੇਖੋ ਸਭ ਦਿਖਾ ਰਹੇ ਆ ਬਿਲਕੁਲ ਠੰਡੀ ਮੈਸਾ ਸੀਲ ਬਹੁਤ ਜਿਆਦਾ ਮੱਝ ਹੈ ਆਪਾਂ ਚਲੋ ਇਹ ਜੀ ਥਾਣੇ ਦੇਖੋ ਬਹੁਤ ਸੋਹਣਾ ਥਣ ਕੱਢਿਆ ਹੋਇਆ ਮੱਝ ਨੇ ਕੋਈ ਸਾਈਡ ਫਾਇਡ ਨਹੀਂ ਬਿਲਕੁਲ ਸਾਫ਼ ਡੜਾ ਮੱਝ ਦਾ ਜਵਾਈ ਬਿਲਕੁਲ ਇੱਕ ਨੰਬਰ ਨਾਰ ਮਜਵਾਈ ਆ ਆ ਗਾੜੀ ਗਾੜੀ ਵੀ ਮੱਝ ਦੀ 2 ਕਿਲੋ ਉੱਤੇ ਉੱਤੇ ਗਾੜੀ ਗਾੜੀ ਆ ਇਹ ਦੇਖੋ ਤੁਹਾਨੂੰ ਧਾਰ ਵੀ ਦਿਖਾ ਰਿਹਾ ਕੱਲੀ ਗੱਲੀ ਮਾਰ ਕੇ ਕੋਈ ਛਰਲਾ ਫਰਲਾ ਨਹੀਂ ਹੈਗਾ ਕੋਈ ਧਾਰ ਨਹੀਂ ਪਾੜਦੀ ਹੈਗੀ ਮੇਚ ਵੀਰ ਕਰ ਕਮੈਂਟ ਵੀ ਕਰਨ ਲੱਗ ਗਏ ਤੁਸੀਂ ਦੋ ਟਾਈਮ ਜੋ ਕੇ ਦਿਖਾਓ ਜਾਂ ਤਿੰਨ ਟਾਈਮ ਜੋ ਕੇ ਦਿਖਾਓ ਦੇਖੋ ਜਿਹੜਾ ਵੀ ਵੀਰ ਲੈਂਦਾ ਕੋ ਉਹ ਆਪੇ ਦੋ ਟਾਈਮ ਜੋਵੇ ਤਿੰਨ ਟਾਈਮ ਜੋ ਹੁਣ ਆਪਣੇ ਕੋਲ ਤਾਂ ਇੰਨਾ ਟਾਈਮ ਹੁੰਦਾ ਨਹੀਂ ਕਿ ਆਪਾਂ ਤੂੰ ਵੀ ਧਾਰਕੜ ਆਪਾਂ ਸਾਰੀਆਂ ਮੱਝਾਂ ਹੀ 15 ਲੀਟਰ ਤੋਂ ਵਾਰ-ਵਾਰ ਹੀ ਵੇਚਦੇ ਆਂ ਆਪਾਂ ਵੀ ਦੁੱਧ ਤੋਲ ਕੇ ਲੈਨੇ ਵਿੱਚ ਇਹਦੇ ਵੀ ਆਪਾਂ ਦੋ ਟਾਈਮ ਚਬਾਈ ਕਰਕੇ ਫੇਰ ਮੱਝ ਲੈਤੀ ਆ ਸ਼ਾਮ ਨੂੰ ਚਬਾਈ ਕਰੇ ਸੀ ਕੇ ਚਬਾਈ ਕਰਕੇ ਫੇਰ ਆਪਾਂ ਜੜਾਲੀ ਸੀਗੀ ਬਰੀਕੀ ਬਹੁਤ ਜਿਆਦਾ ਮੱਜੇ ਚ ਨਸਾਂ ਦੇਖੋ ਇਹਦੇ ਲੱਤਾਂ ਚ ਵੀ ਨਸਾਂ ਐ ਜਮਾ ਉੱਭਰ ਕੇ ਬਾਹਰ ਆ ਰਹੀਆਂ ਨੇ ਲਿਸੀ ਲਿਸੀ ਹੈ ਗੱਲੀ ਮਾਜ ਨਹੀਂ ਕਾਢ ਕਾਠ ਵਧੀਆ ਪੱਠਪੋੜੇ ਮੱਜੇ ਦਾ ਵਧੀਆ ਹਜੇ ਸਿੰਘ ਵੀ ਕੋਈ ਜਿਆਦਾ ਖੁੱਲਾ ਨਹੀਂ ਹੈਗਾ ਬਿਲਕੁਲ ਬਰੀਕ ਸਿੰਘ ਹੈਗਾ ਜੇ ਕਿਸੇ ਵੀਰ ਨੇ ਲੈਣੀ ਆਪਣੇ ਸਕਰੀਨ ਤੇ ਨੰਬਰ ਚੱਲਗਾ ਸਿਰਫ 1 ਲੱਖ ਰੁਪਇਆ ਰੇਟ ਹੈ ਇਹਦਾ 1 ਲੱਖ ਰੁਪਇਆ ਦੇਣ ਲੈਣੀ ਹੈ ਜੇ ਇਹ ਨਹੀਂ ਹੈਗਾ ਕੋਈ ਘਟ ਜਾਂ ਵਧ ਰੇਟ ਆਪਣੇ ਲਗਭਗ ਉੱਥੇ ਜੀ ਹੁੰਦੇ ਨੇਗੇ ਇੱਕ ਹੋਰ ਵੀ ਆਪਣੀ ਜਿਹੜੀ ਵੀ ਵੀਡੀਓ ਜਲਦੀ ਹੁੰਦੀ ਉਹਦੇ ਸਕਰੀਨ ਤੇ ਡੇਟ ਪਾਈ ਹੁੰਦੀ ਹੈ ਜਿਹੜੀ ਆਪਾਂ ਡੇਟ ਪਾਉਣੇ ਹੁੰਦੇ ਆ ਉਹ ਤੋਂ 3-4 ਦਿਨਾਂ ਬਾਅਦ ਪਸ਼ੂ ਆਪਣੇ ਕੋਲੇ ਹੁੰਦਾ ਨਹੀਂ ਵਿਕ ਜਾਂਦਾ ਹੁੰਦਾਗਾ ਆ ਗਾੜੀ-ਗਾੜੀ ਮੱਝ ਦੀ 2 ਕਿਲੋ ਦੀ ਗਾੜੀ-ਗਾੜੀ ਹੈਗੀ ਆਹ ਗਾੜੀ ਬਹੁਤ ਸੋਹਣੀ ਹੈ ਮੱਝ ਹੋ ਸਕਦਾ 2.5 ਕਿਲੋ ਦੀ ਵੀ ਹੋਵੇ ਉਹ ਲੋ ਮੱਝ ਸਫਰ ਦਾ ਵੀ ਮੰਨਿਆ ਜਾਂਦਾ ਪਸ਼ੂ ਇੱਕ ਦੋ ਦਿਨ ਜਿਹੜਾ ਪਸ਼ੂ ਚਾਰੂ ਹੋਵੇ ਉਹ ਇੱਕ ਦੋ ਦਿਨ ਹੀ ਦੁੱਧ ਘਟਾਉਂਦਾ ਇਹ ਦੇਖੋ ਗਾੜੀ ਵੀ ਤੁਹਾਨੂੰ ਦਿਖਾ ਰਹੇ ਹਾਂ 2 ਕਿਲੋ ਦੀ ਲਗਭਗ ਗਾੜੀ ਇਹਦੀ ਧਾਰ ਵੀ ਬਹੁਤ ਸੋਹਣੀ ਧਾਰ ਹੈ ਲੇਡੀਜ਼ ਵੀ ਇਹਦੀ ਆਸਾਨੀ ਨਾਲ ਧਾਰ ਕੱਢ ਸਕਦੇ ਕਈ ਵਾਰ ਜਿਵੇਂ ਲੇਡੀਜ਼ ਤੋਂ ਚਵਾਈ ਥੋੜੀ ਜੀ ਹੁੰਦੀ ਨਹੀਂ ਹੈਗੀ ਮੱਝ ਦੀ ਬਹੁਤ ਨਰਮ ਚਵਾਈ ਹੈ ਜਿਵੇਂ ਗਾਂ ਦੀ ਚਵਾਈ ਹੁੰਦੀ ਹੈ ਇਹ ਚਵਾਈ ਹੈ ਦੀ ਮੁਗਰਾ ਆਪਾਂ ਥੋੜੀ ਜੀ ਬਾਡੀ ਦੀ ਚੰਗੀ ਮੱਝ ਲੈਣੇ ਆ ਦੁੱਧ ਚਾਹੇ 15 ਗਿੱਲੋ ਹੀ ਹੋਵੇ ਚਲੋ ਵੇ ਚੱਕ ਦੋ ਮਿੱਤਰ ਪਿਆਰੇ ਕਹੀਏ ਆਪਣੇ ਹੈਗੇ ਸੀਗੇ ਵੀ ਅਸੀਂ ਜ਼ਿਆਦਾ ਪੈਸੇ ਨਹੀਂ ਲਾ ਸਕਦੇ ਫਿਰ ਮਾ ਚਲੋ ਇਹਦੀ ਇੱਕ ਅੱਧੀ ਮੱਝ ਥੋੜੀ ਜੀ ਲੈ ਕੇ ਦੇਖ ਲੈਣਾ ਚਲੋ ਦੁੱਧ ਤਾਂ ਸੋਹਣਾ ਮੱਝ ਥੱਲੇ ਪਰ ਆਪਾਂ ਵੀ ਲੈਣ ਦੀ ਸਲਾਹ ਕੋਈ ਨਹੀਂ ਪਰ ਜਦੋਂ ਦੁੱਧ ਦੇਖਿਆ ਟਾਈਮ ਅੱਜ ਦਾ ਉਹ ਕਰਨ ਸਵੇਰੇ ਵੀ ਇਹਨਾਂ ਦੁੱਧ ਕੱਢਿਆ ਤਾਂ ਮੱਝ ਲਿਓ ਨਹੀਂ ਲਿਓ ਨਾ ਦੁੱਧ ਸੋਹਣਾ ਕੱਢਿਆ ਕਰਕੇ ਮੱਝ ਆਪਾਂ ਲੈ ਲਈ ਫਿਰ ਦੁੱਧ ਵੀ ਇਹਦਾ 15 ਗਿੱਲੋ ਬਹੁਤ ਤਿਆਰ ਸੀਗਾ ਮੱਝ ਦਾ ਥਾਣਲੇ ਬਾ ਵੀ ਬਹੁਤ ਸੋਹਣਾ ਮੱਝ ਦਾ ਥਾਣ ਤੁਣ ਬਹੁਤ ਸੋਹਣਾ ਘੜਦੀ ਹੈ ਮੱਝ ਬਸ ਮਾਂ ਬਸੂ ਬਹੁਤ ਸੋਹਣਾ ਮੱਝ ਦਾ ਗਾੜੀ ਵੀ ਖੁੱਲੀ ਆ ਤੇ ਪਿਛਾੜੀ ਵੀ ਖੁੱਲੀ ਆ ਮੱਝ ਦੀ ਤੇ ਅੱਡਰ ਵੀ ਖੁੱਲਾ ਦਿਖਾਰੀ ਆ ਮੱਝ ਪਿੱਛੇ ਨੂੰ ਅੱਡਰ ਵੀ ਪੂਰਾ ਤੇ ਅੱਗੇ ਨੂੰ ਵੀ ਅੱਡਰ ਇਹਦਾ ਪੂਰਾ ਮੱਝ ਦਾ ਹੁਣ ਜਿਹੜੀ ਮਨਾਲ ਮੱਝ ਖੜੀ ਹੈ ਇਹ ਵੀ ਹੈ ਮੰਨ ਕੇ ਚਲੋ ਤੁਸੀਂ ਵਿੱਚ ਜੇ ਮੈਂ ਕਹਿ ਦਿੰਦੇ ਹੁਣ ਆਪਣਾ ਇੱਕ ਮਿੱਤਰ ਪਿਆਰਾ ਹੀ ਹੋਰੇ ਪਹਿਲਾਂ ਆਪਾਂ ਦੋ ਤਿੰਨ ਮੈਸਾਂ ਲੈਤੀਆਂ ਸੀ ਆਪਣੀਆਂ ਹੁਣ ਵੀ ਮੈਸਾਂ ਦੇ ਕੋਲ ਟੋਕੜ ਵੀ ਤੇਰਾ ਤੇਰਾ 10-10 ਕਿਲੋ ਦੁੱਧ ਕੱਢੀ ਜਾਂਦੀਆਂ ਨੇ ਤੇ ਹੁਣ ਉਹਨੇ ਇੱਕ ਮੈਸ ਆਪਾਂ ਉਹ 120000 ਦੀ ਮੱਝ ਲੈ ਆਇਆ ਉਹਨਾਂ ਨੇ ਕਹਿੰਦਾ ਵੀ 19 ਕਿਲੋ ਦੁੱਧ ਸਾਡੇ ਕੋਲੇ ਕੱਢਿਆ ਉਹ ਮੱਝ ਹੁਣ 8-9 ਕਿਲੋ ਦੁੱਧ ਵਧ ਨਹੀਂ ਰਹੀ ਚੰਮ ਚੰਮਾ ਕੱਲਾ ਆਪਣੇ ਕੋਲੇ ਮੱਝ ਵੀ ਦੇਖਣ ਆ ਗਿਆ ਸੀਗਾ ਕਹਿੰਦਾ ਐ ਕਰਕੇ ਵੀ ਦੁੱਧ ਨਹੀਂ ਚੱਲ ਰਹੀ ਤੇ ਮੈਂ 10 ਵੀਰਾਂ ਦੀ ਵੀਰ ਕਹਿੰਦਾ ਹੈ ਜੀਆਂ ਮੱਝਾਂ ਤਿੰਨ ਬਣ ਜਾਣ ਉਹਦੀਆਂ ਜਿਹੜੀ ਕਹਿੰਦਾ ਆਪਾਂ ਮੱਝ ਲੈ ਕੇ ਆਏ ਆ ਫਿਰ ਮੈਂ ਉਹ ਵੀ ਦੱਸਦਾ ਮੈਂ ਤਿੰਨ ਦਾ ਬਣ ਜਾਣੀਆਂ ਬਾਰੇ ਮੈਂ ਕੱਲੀ ਤੇਰੀਆਂ ਤਿੰਨ ਮੱਝਾਂ ਦੀ ਦੁੱਧ ਦੀ ਗੰਦਾਈ ਮੈਂ ਕੱਲੀ ਦੇਊਗੀ ਮਸਲਾ ਆਪਣਾ ਸਾਰਾ ਦੁੱਧ ਦਾ ਹੁੰਦਾ ਜਿਹੜੇ ਆਪਾਂ ਪੈਸੇ ਬਾਨਨੇ ਮੁਨਾਫਾ ਹੁਣ ਆਪਾਂ ਨੂੰ ਦੁੱਧ ਚੋਂ ਹੋਣਾਗਾ ਨਾ ਕਿ ਮੱਝ ਦੀ ਚਮੜੀ 'ਚ ਹੋਣਾ ਜਾਂ ਮੱਝ ਵੱਡੀ ਦੇਖ ਕੇ ਹੋਣਾ ਆਪਾਂ ਕੱਲੇ ਦੁੱਧ ਦੇ ਮੰਗਰੀ ਚੱਲਦੇ ਆਂ ਵੀ ਜਿਹੜਾ ਦੁੱਧ ਡੈਰੀ 'ਚ ਜਾਊਗਾ ਉਹਦੀ ਆਪਾਂ ਨੂੰ ਪੈਸੇ ਮਿਲਣੇ ਆਗੇ ਨਾ ਕਿ ਮੱਝ ਚਮੜੀ ਦੇ ਜਾਂ ਕੋਈ ਸੋਨਾ ਬਣਦੇ ਪੈਸੇ ਮਿਲਣੇ ਨੇ ਚਲੋ ਜਿਹੜਾ ਕੋਈ ਮਾੜਾ-ਮੋੜਾ ਸੋਨਾ ਬਣ ਦੋ ਜਿਆ ਥੋੜਾ ਰੇਟ ਜ਼ਿਆਦਾ ਹੋ ਜਾਂਦਾ ਜਿਵੇਂ ਹੁਣ ਕਟੀਆਂ ਨੇ ਪਿੱਛੇ ਕਟੀਆਂ ਵੀ ਆਪਣੇ ਕੋਲ ਥੋੜੀਆਂ ਉੱਚੇ ਉੱਚੇ ਰੇਟ ਦੀਆਂ ਹੀ ਨਹੀਂਆਂ ਐ ਵੀ ਉਹ ਸੋਨਾ ਬਣ ਜਾਦਿਆ ਉਹਨਾਂ 'ਚ ਹੁਣ ਵਿੱਚ ਵੀਰ ਕਹਿੰਦੇ ਨੇ ਵੀ ਕਟੀਆਂ ਨਾਲ ਦਾ ਥੋੜੀ ਆਪਾਂ ਮੱਝ ਹੀ ਲੈ ਲਈਏ ਬਰਾਏ ਵੀ ਕਟੀਆਂ ਫਿਰ ਆਪਣੀ ਕਟੀਆਂ ਆਪਣੀ ਜਗ੍ਹਾ ਨੇ ਮੱਝ ਆਪਣੀ ਜਗ੍ਹਾ ਹੁਣ ਐ ਵੀ ਸੋਹਣੇ ਬਣ ਚੌਣ ਦੇ ਵਿੱਚ ਦੁੱਧ ਵੀ ਆ ਗਿਆ ਤਾਂ ਗਾਹਾਂ ਬਰੀਡ ਬਰੂਡ ਲੈਣ ਨੂੰ ਵਧੀਆ ਤਿਆਰ ਹੋ ਜਾਂਦੇ ਨੇ ਪਸ਼ੂ ਆਪਣੇ ਸੋਹਣਾ ਬਣ ਵੀ ਜਾਂਦਾ ਦੁੱਧ ਵੀ ਆਉਂਦਾ ਫਿਰ ਪਸ਼ੂ ਥੋੜਾ ਸੋਹਣਾ ਬਣ ਹੋਵੇ ਵੇਚਣਾ ਸੌਖਾ ਹੋ ਜਾਂਦਾ ਦੁੱਧ ਦੇ ਨਾਲ ਨਾਲ ਵੇਕ ਵਧੀਆ ਜਾਂਦਾਗਾ ਜਿਵੇਂ ਇਹ ਮੱਝਾਂ ਕੀ ਨਾਲ ਆਪਾਂ ਉਹਨਾਂ ਨੇ ਇਹੀ ਗੱਲ ਆ ਵੀ ਜਦੋਂ ਤੂੰ 1,20,000 ਰੁਪਏ ਲੈਸ ਉਹਨਾਂ ਨੂੰ ਇਹ ਕਹਿੰਦਾ ਵੀ 1,30,000 ਰੁਪਏ ਲੈ ਲਓ ਪਰ ਮੈਨੂੰ ਦੁੱਧ ਤੁਸੀਂ 19 ਕਿਲੋ ਕਹਿੰਨੇ ਆ ਵੀ 1 ਚਲੋ ਵੀਰ ਉਹਦੀ ਲਿਆਇਆ 8-10 ਦਿਨਾਂ ਦੀ ਸੂਈ ਹੋਈ ਸੀ ਦੁੱਧ ਹੁਣ 8-9 ਕਿਲੋ ਤੋਂ ਵੱਧ ਨਹੀਂ ਰਹੀ ਉਹ ਹੁਣ ਇਹ ਮੱਝ ਜਿਹੜੀ ਨਾਲ ਖੜੀ ਹੈ ਇਹਦਾ ਵੀ ਆਪਣੇ ਕੋਲ ਐ ਮੰਨ ਕੇ ਚਲੋ ਸੂਈ 3-4 ਕਿ ਦਿਨਾਂ ਅਸੀਂ ਉਹ ਤੋਂ 10-11 11 ਕਿਲੋ ਬੋਲਾ ਸੀਗਾ ਤੇ ਆਪਾਂ ਉਹਨਾਂ ਨੂੰ ਕਹਿਤਾ ਸੀ ਵੀ ਐਂ ਕਰਕੇ ਵੀ ਤੁਸੀਂ ਲੈ ਕੇ ਜਾਣੇ 1,15,000 ਦੀ ਦੇ ਦੇ ਦਾਂਗੇ ਵੀ ਐਂ ਲੈ ਜਾਓ ਮੱਝ ਤੁਸੀਂ 11-12 ਕਿਲੋ ਬੋਲਾ ਹੀ 16-17 ਕਿਲੋ ਦੁੱਧ ਕੱਢੂਗੀ ਤੇ ਉਹ ਕਹਿੰਦੇ ਵੀ ਅਸੀਂ ਵੀ ਦੁੱਧ ਤੋਲ ਕੇ ਹੀ ਲੈਣਾ ਫਿਰ ਆਪਾਂ ਕਹਿਆ ਵੀ ਤੁਹਾਨੂੰ ਦੁੱਧ ਤੋਲ ਕੇ ਦੇ ਦਾਂਗੇ 1.5 ਲੱਖ ਰੁਪਏ ਦਾ ਰੇਟ ਸੌਦਾ ਕਰ ਲਵਰੇ 1,22,0 ਇਹ ਮੈਲੇ ਤੇ ਜੱਲੀ ਹੋਈ ਸੀ ਮੈਲੇ ਮੈਲੇ ਜਿਹੜੇ ਦੁੱਧ ਦਾ 1.5 ਕਿਲੋ ਦੁੱਧ ਚਲਾਤਾ 13-14 ਦਿਨਾਂ ਦੀ ਸੂਈ ਦਾ ਇਹ ਦੇਖੋ ਪਿਛਾੜੀ ਵੀ ਬਿਲਕੁਲ ਕੋਈ ਥਣ ਘੱਟ ਵੱਧ ਨਹੀਂ ਹੈਗਾ ਜੇ ਮਨ ਕੋਈ ਵੀ ਵੀਰ ਲੈਂਦਾ ਆਪਣੇ ਕੋਲ ਕਈ ਵਾਰ ਸੌਦਾ ਹੋਇਆ ਹਿਸਾਬ ਨਾਲ ਕਰਨ ਦਾ ਆਪਾਂ ਦੁੱਧ ਤੋਲ ਕੇ ਵੀ ਦੇ ਦਿੰਨੇ ਆ ਉਹਦਾ ਟਾਈਮ ਤੋਂ ਟਾਈਮ ਦੋ ਟਾਈਮ ਚਲੋ ਹੁਣ ਵੀ ਆਪਾਂ ਨੂੰ 10 ਦਿਨ ਹੋ ਗਏ ਦੀ ਮੱਝ ਨੂੰ ਸਾਮਦਿਆਂ ਨੂੰ ਇਹਨਾਂ ਨੂੰ ਤਿੰਨ ਚਾਰ ਕਿ ਦਿਨਾਂ ਦੀ ਸੂਈ ਹੋਈ ਸੀ ਹੁਣ ਬੱਚੀ ਨੂੰ ਪਹਿਲਾਂ ਛੱਡਤਾ ਸੀ ਦੁੱਧ ਥੋੜਾ ਜਿਹਾ ਕਿਲੋ ਡੜਕ ਕਿਲੋ ਲੇਵਾ ਵੀ ਬਿਲਕੁਲ ਝਾੜ ਗਈ ਮੱਜ ਰੇਟ ਵੀ ਦਾ ਸਿਰਫ 1 ਲੱਖ ਰੁਪਇਆ ਰੇਟਾਂ ਕੱਟੀਆਂ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਪਿੱਛੇ ਡਿਟੇਲ ਵੀ ਦੱਸਾਂਗੇ ਤੇ ਇੱਕ ਕੱਟੀ ਦੀ ਮਾਂ ਦੀ ਵੀਡੀਓ ਵੀ ਦਿਖਾਵਾਂਗੇ ਸਾਰਾ ਕੁਝ ਬਣਾ ਕੇ ਲੈੇ ਸੀਗੇ ਆਪਾਂ ਇਹਦੇ ਕੁਮਾਰ ਜਣ ਬਿਲਕੁਲ ਖਾਲੀ ਕਰਤੀ ਆਪਾਂ ਲੇਵੇ ਦਾ ਵੀ ਜਿਹੜਾ ਲੇਵਾ ਵੀ ਵਧੀਆ ਝਾੜ ਦਈਆਂ ਮੱਜਾਂ ਸਾਰਾ ਲੈਵਾ ਖਾਲੀ ਹੋ ਗਿਆ ਮੱਜ ਦਾ ਇਹ ਦੇਖੋ ਤੁਹਾਨੂੰ ਬਾਲਟੀ ਝੱਗ ਨਾਲ ਵੀ ਆਪਣੀ ਅਮਨਿਕ ਚਲੋ 11 ਕਿਲੋ ਦੇ ਲਵੇ ਦੁੱਧ ਪਾ ਜਾਂਦਾ ਇਹ ਝਾਲਟੀ ਚ ਜੁਵਾਈ ਜੁਵਾਈ ਬਹੁਤ ਸੋਹਣੀ ਚਲੋ ਝੱਗ ਥੋੜੀ ਜਿਆਦਾ ਚੜ ਰਹੀ ਆ ਜੁਵਾਈ ਸੋਹਣੀ ਹੋਵੇ ਮੱਜ ਦੀ ਜੁਵਾਈ ਵਧੀਆ ਹੋਵੇ ਤੇ ਝੱਗ ਆਟੋਮੈਟਿਕ ਜਿਆਦਾ ਚੜ ਜਾਂਦੀ ਆ ਇਹ ਦੇਖੋ ਜੀਰੋ ਦੇਖੋ ਬਿਲਕੁਲ ਹੁਣ ਦੁੱਧ ਬਾਹ ਰਿਆਂ ਵਿੱਚ ਆਪਾਂ ਇਹ ਦੇਖੋ 7 ਕਿਲੋ 5 ਗ੍ਰਾਮ ਦੁੱਧ ਘੜਦਾ ਮੱਝ ਨੇ 7 ਕਿਲੋ 10 ਗ੍ਰਾਮ ਪੂਰਾ ਤੇ ਬੱਚੇ ਨੂੰ ਵੀ ਛੱਡਿਆ ਸਫਰ 'ਚ ਵੀ ਆਈ ਹੈ ਮੱਝ ਚਲੋ ਜਿਹੇ ਜੀ ਘੰਟਾ ਸਵਾ ਘੰਟਾ ਲੇਟ ਸੀਗੀ ਉਹ ਜੇ ਮੱਝ ਨੇ ਸਫਰ 'ਚ ਵੀ ਆਈ ਹੈ ਬੱਚੇ ਨੂੰ ਵੀ ਛੱਡਿਆ ਆਪਾਂ 15 ਕਿਲੋ ਦੁੱਧ ਆਪਾਂ ਕਦੋਂ ਵੀ ਆਵੇ ਕੋਈ ਵੀਰ ਤੋਲ ਕੇ ਦੇ ਦਾਂਗੇ ਇਹਦਾ ਚਲੋ ਇਹ ਦੁੱਧ ਘੱਟ ਘੱਟ ਦੀ ਫਿਰ ਆਪਾਂ ਵੀਡੀਓ ਅਪਲੋਡ ਕਰਦੇ ਵੀ ਨਹੀਂ ਜੇ ਇਹ ਬੱਚੇ ਨੂੰ ਛੱਡਦੇ 5 ਕਿਲੋ ਦੁੱਧ ਘੱਟਦੀ ਦੇਖੋ ਥਣ ਤੁਣ ਵਧੀਆ ਬਿਲਕੁਲ ਖਾਲੀ ਹੋ ਗਿਆ ਖਾਣ ਲਿਆ ਵਾ ਬਿਲਕੁਲ ਖਾਲੀ ਜੜਾਈ ਕਰ ਗਈ ਜਮਾ ਜਮਾ ਝਾੜ ਗੀ ਲੈ ਵਾ ਇੱਕ ਇਹ ਦੋ ਕੱਟੀਆਂ ਨੇ ਗਈ ਇੱਕ ਇੱਕ ਨੰਬਰ ਵਾਲੀ ਕੱਟੀ ਹੈਗੀ ਬਿਲਕੁਲ ਜੈਡਬਲ ਇੱਕ ਕੱਟੀ ਹੈ ਸਵਾ ਕਸਾਲ ਦੀ ਕੱਟੀ ਆ ਪੂਰਾ ਖੁੱਲਾ ਕਰਦਾ ਛੋਟਾ ਸਿੰਗਾ ਬਿਲਕੁਲ ਸੋਨਾ ਬਣ ਵੀ ਹੈ ਇਹ ਚ ਤੇ ਦੁੱਧ ਵੀ ਦੀ ਮਾਤ ਲਏ ਚਲੋ 15 16 ਕਿਲੋ ਦੁੱਧ ਵਾਲੀ ਮੱਝ ਦੇ ਕਹਾਂਗੇ ਆਪਾਂ ਚਲੋ ਮੂਵੀਰ ਤਾਂ ਵੱਧ ਦੱਸ ਰਹੇ ਸੀਗੇ ਬਿਲਕੁਲ ਜਡਵਲ ਹੈਗਾ ਇਹ ਕੱਟੀ ਹੈਗੀ ਟੀਕੇ ਦੀ ਪਰ ਇਹ ਟੀਕਾ ਨਹੀਂ ਪਤਾ ਵੀ ਕਿਹੜਾ ਭਰਾ ਹੈ ਉਹਨਾਂ ਨੇ ਕਿਵੇਂ ਸੀਗਾ ਟੀਕੇ ਬਾਰੇ ਕੋਈ ਨੌਲੇਜ ਨਹੀਂ ਕਿ ਪਰ ਭਰਾਇਆ ਟੀਕਾ ਸੀ ਉਹਨਾਂ ਨੇ ਇਹ ਦੇਖੋ ਚਾਰੇ ਥਣਾ ਇਸ ਸਪੇਸ ਵੀ ਬਹੁਤ ਜ਼ਿਆਦਾ ਜੀ ਥਣਾ ਦੀ ਕੱਦ ਕੋਦੂ ਵੀ ਖੁੱਲਾ ਕੱਟੀ ਦਾ ਬਿਲਕੁਲ ਜਡਵਲ ਹੈਗਾ ਕੋਈ ਕਿਤੇ ਵਾਲ ਚਿੱਟਾ ਨਹੀਂ ਹੈਗਾ ਇਹ ਦੇਖੋ ਥਣਾ ਥਣਾ ਦੀ ਬਹੁਤ ਜ਼ਿਆਦਾ ਸਪੇਸ ਹੈ ਦੀ ਕੱਟੀ ਦੀ ਪੇਠ ਪੁੱਠ ਵੀ ਤੁਸੀਂ ਦੇਖ ਸਕਦੇ ਹੋ ਇਹ ਥੋੜੇ ਐਵੇਂ ਸੋਹਣੇ ਬਣ ਜਾਂਦੇ ਨੇ ਚਲੋ ਜਿੱਥੇ ਦੁੱਧ ਤੇ ਵੀ ਵਧੀਆ ਚੱਲ ਪੈਣੇ ਤਾਂ ਥੋੜਾ ਜਿਹਾ ਬੱਚੇ ਬੂਚੇ ਲੈਣ ਨੂੰ ਵੀ ਖਾਂ ਵਧੀਆ ਬਣ ਜਾਂਦੀਆਂ ਨੇ ਇਹ ਦੇਖੋ ਪੂਰਾ ਖੁੱਲਾ ਕਰਦਾ ਸਵਾ ਸਾਲ ਦੇ ਲਗਭਗ ਕੱਟੀਆਂ 2-3 ਮਹੀਨਾ ਤੱਕ ਦੁੱਧ ਰਾਲਣ ਤੇ ਆ ਇੱਕ ਇਹ ਕੱਟੀ ਹੈ ਇਹ ਲਗਭਗ 20 ਮਹੀਨਾ ਦੇ ਲਗਭਗ ਕੱਟੀ ਹੈ 1.5 ਸਾਲ ਤੁੱਤੀ ਹੋਏ ਮਹੀਨਾ 2 ਮਹੀਨੇ ਇਹਦਾ ਵੀ ਦੇਖੋ ਥਣ ਲੇਵਾ ਬਹੁਤ ਸੋਹਣਾ ਇਹਦੀ ਤੁਹਾਨੂੰ ਮਾਂ ਦੀ ਵੀ ਫੋਟੋ ਦਿਖਾਵਾਂਗੇ ਵੀਡੀਓ ਆਪਣੇ ਨਾਲ ਬਣਾ ਕੇ ਲੈ ਆ ਤੇ ਇੱਕ ਨੰਬਰ ਵਾਲੀ ਕੱਟੀ ਦਾ ਰੇਟ ਹੈਗਾ 50000 ਰੁਪਿਆ ਤੇ ਇਹ ਦੋ ਨੰਬਰ ਵਾਲੀ ਕੱਟੀ 45000 ਰੁਪਿਆ ਬਿਲਕੁਲ ਛੋਟਾ ਸਿੰਘ ਆ ਇਹਦਾ ਵੀ ਜੈਡ ਬਲੈਕ ਆ ਬਿਲਕੁਲ ਇਹਦੀ ਮਾਂ ਵੀ ਬਿਲਕੁਲ ਜੈਡ ਬਲੈਕ ਸਨ ਉਹਦੀ ਪੂਰੀ ਵੀਡੀਓ ਦਿਖਾਵਾਂਗੇ ਇਹ ਦੇਖੋ ਸਿੰਘ ਵੀ ਦਿਖਾ ਰਹੇ ਹਾਂ ਤੁਹਾਨੂੰ ਇਸ ਕੱਟੀ ਦਾ ਰੇਟ ਹੈਗਾ 45000 ਜਿਹੜੀ ਇੱਕ ਨੰਬਰ ਵਾਲੀ ਕੱਟੀ ਦਾ ਰੇਟ ਹੈਗਾ ਹੀ 50000 ਰੁਪਿਆ ਰੰਗ ਵੀ ਤੁਸੀਂ ਦੇਖ ਸਕਦੇ ਹੋ ਕੱਦ ਪਿੱਠ ਪੂੜਾ ਪੂਰੀਆਂ ਜਮਾ ਸ਼ਾਹ ਕਾਲੀਆਂ ਨੇ ਤੇ ਇਹ ਗੱਟੀ ਜਿਹੜੀ ਦੋ ਨੰਬਰ ਵਾਲੀ ਸੀ ਇਹ ਉਹਦੀ ਭੈਣ ਆਗੀ ਦੂਜੇ ਸੂਏ ਦੀ ਦੂਜੇ ਸੂਏ ਸੂਈ ਹੋਈ ਹੁਣ ਮੱਝ ਹਟ ਗਈ ਇਹਦੀ ਤੇ ਆਪਾਂ ਥੋੜੀ ਲੇਟ ਹੋ ਗਏ ਜਦੋਂ ਕੱਟੀਆਂ ਚੜਾਈਆਂ ਨੇ ਆਪਾਂ ਥੋੜੀ ਵੀਡੀਓ ਬਣਾਈ ਸੀ ਇਹ ਦੂਜੇ ਨੰਬਰ ਵਾਲੀ ਕੱਟੀ ਹੈ ਇਹ ਦੂਜੇ ਨੰਬਰ ਵਾਲੀ ਕੱਟੀ ਦੀ ਮਾਂ ਗਈ ਇਹ ਜਿਹੜੀ ਦੂਜੇ ਨੰਬਰ ਵਾਲੀ ਕੱਟੀ ਹੈ ਇਹ ਛੋਟੀ ਦੀ ਪਹਿਲੇ ਸੂਏ ਦੀ ਆ ਹੁਣ ਇਹਨੂੰ 10-15 ਦਿਨ ਹੋ ਗਏ ਦੁੱਧੋਂ ਹੱਢੀ ਨੂੰ ਤੇ ਦੋਨੇ ਕੱਟੀਆਂ ਹੀ ਲੈ ਲਈਆਂ ਆਪਾਂ ਛੋਟੀ ਵੀ ਦਿਖਾਵਾਂਗੇ ਸੋਨੇ ਇੱਕ ਦਿਨ ਤੱਕ ਵੀਡੀਓ ਆਜੂ ਆਪਣੇ ਕੋਲੇ ਇਹ ਉਹਦੀ ਮਾਂ ਗਈ ਪਹਿਲੇ ਸੂਏ ਨੇ 13 ਕਿਲੋ ਦੁੱਧ ਕੱਢਿਆ ਇਹ ਦੂਜੇ ਸੂਏ ਹੁਣ ਇਹ ਜਦੋਂ ਕੱਟੀ ਛੋਟੀ ਹੈ ਮਗਰ ਤੇ ਇਹ ਕੱਟੀ ਸਾਣ ਦੀ ਆ